ਆ ਜਵਾਨ ਪਿਛੇੜਾ ਲੁਕਣ ਡਿਆ, ਖੜਾ ਹੋ ਤੂੰ, ਖਲੋ ਮਾੜਾ ਜਿਹਾ। ਨਹੀਂ ਨਹੀਂ ਤੂੰ ਸੱਤ ਅੱਠ ਮੇਰੇ ਨਾਲ ਫੋਟੋਆਂ ਖਿਚਾ ਲਈਆਂ, ਹੈਂ, ਜਿੱਥੇ ਮੈਂ ਪਹੁੰਚਿਆ ਤੂੰ ਪਹੁੰਚ ਗਿਆ, ਅਤੇ ਮੈਂ ਤੇਰੇ ਨੂੰ ਗੁਰੂ ਨੂੰ ਵੱਡਾ ਹੋ ਗਿਆ। ਤਿਆਰੀ ਕਰ ਲਾ, ਕੋਈ ਪਤਾ ਨਹੀਂ ਹੁੰਦਾ ਇੱਥੇ ਸਾਹ ਦਾ ਵੀ, ਇੱਥੇ ਬਾਹਰ ਨਿਕਲਦਾ ਹੀ ਨਾ ਆਵੇ। ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਜੋ ਬਾਈ ਦੀਪ ਸਿੱਧੂ ਦੇ ਬੜੇ ਕਰੀਬੀ ਸਾਥੀ ਨੇ, ਅਤੇ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਵੀ ਸਾਥੀ ਨੇ ਉਹ, ਅਤੇ ਇਸ ਸਮੇਂ NSA ਅਧੀਨ ਸੈਂਟਰਲ ਜੇਲ੍ਹ ਦਿਬੜੂਗੜ੍ਹ 'ਚ ਨਜ਼ਰਬੰਦ ਨੇ, ਉਹਨਾਂ ਦਾ ਜੋ ਕਾਫੀ ਜੋ ਕਾਰੋਬਾਰ ਦਾ ਕੰਮ ਸੀ, ਉਹਨਾਂ ਦਾ ਇੱਕ ਸ਼ੋਰੂਮ ਆ ਉੱਥੇ ਜ਼ਿਲ੍ਹਾ ਮੋਗਾ, ਜਿਹੜਾ ਬੁੱਕਣ ਵਾਲਾ ਪਿੰਡ ਆ ਉੱਥੇ ਦੁੰਨੇ ਕੇ ਰੋਡ 'ਤੇ, ਤਾਂ ਉਹ ਫਰਨੀਚਰ ਦਾ ਸ਼ੋਰੂਮ ਹੈ, ਕਾਰੋਬਾਰੀ ਨੇ ਉਹ। ਤਾਂ ਉਸ ਤੋਂ ਬਾਅਦ ਕਾਫੀ ਸਮਿਆਂ ਤੋਂ ਜਿਹੜੇ ਉਹਨਾਂ ਦੇ ਬੈਂਕ ਅਕਾਊਂਟ ਸੀ, ਜਿਹੜਾ ਉਹਨਾਂ ਦੇ ਹੋਰ ਕੋਈ ਕਾਰੋਬਾਰ ਦੇ ਰਿਗਾਰਡਿੰਗ ਕੰਮ ਨੇ, ਉਹ ਠੱਪ ਹੋਏ ਪਏ ਸੀ। ਕਿਉਂਕਿ ਦੇਖੋ, ਜਾਇਜ਼ ਜੀ ਗੱਲ ਹੈ, ਉਹ ਜੇਲ੍ਹ 'ਚ ਨੇ, ਤੋ ਆਪਦੇ ਬੈਂਕ ਅਕਾਊਂਟ ਆਪਦਾ ਕਾਰੋਬਾਰ ਦੀ ਦੇਖ ਰੇਖ ਕਰ ਨਹੀਂ ਸਕਦੇ। ਤਾਂ ਉਹਨਾਂ ਦੀ ਬੜੀ ਇੱਕ ਜ਼ਿਆਦਾ ਜਾਇਜ਼ ਇੱਕ ਗੱਲ ਸੀ ਵੀ ਮੈਨੂੰ ਇੱਕ ਪਾਵਰ ਆਫ ਅਟੋਰਨੀ ਦਿੱਤੀ ਜਾਵੇ, ਜੋ ਉਹਨਾਂ ਦੇ ਵਾਈਫ ਨੇ, ਉਹਨਾਂ ਦੇ ਘਰੋਂ ਨੇ, ਉਹਨਾਂ ਨੂੰ ਦਿੱਤੀ ਜਾ ਕੇ, ਤਾਂ ਕਿ ਉਹ ਉਹਨਾਂ ਦਾ ਕਾਰੋਬਾਰ ਸੰਭਾਲ ਸਕਣ, ਉਹਨਾਂ ਦੇ ਬੈਂਕ ਅਕਾਊਂਟ ਚਲਾ ਸਕਣ। ਕਿਉਂਕਿ ਇਸ ਸਮੇਂ ਉਹਨਾਂ ਦੇ ਪਰਿਵਾਰ 'ਤੇ ਨਿਹਾਇਤੀ ਜ਼ਿਆਦਾ ਤੰਗੀ ਹੈ, ਇੱਥੋਂ ਤੱਕ ਕਿ ਆਪਦੀਆਂ ਜਿਹੜੀਆਂ ਬੇਟੀਆਂ ਦੀ ਫੀਸ ਹੈ, ਉਹ ਹੈ ਨਾ ਜੀ, ਜੋ ਉਹ ਸਕੂਲ 'ਚ ਪੜ੍ਹਦੀਆਂ ਨੇ, ਉਹਨਾਂ ਦੀ ਫੀਸ ਵੀ ਉਹ ਲੋਨ ਲੈ ਕੇ ਜੋ ਉਤਾਰ ਰਹੇ ਨੇ, ਤਾਂ ਇੰਨੀ ਜ਼ਿਆਦਾ ਉਹਨਾਂ ਦੇ ਪਰਿਵਾਰ 'ਤੇ ਤੰਗੀ ਹੈ। ਤਾਂ ਇਸ ਲਈ ਉਹਨਾਂ ਦਾ ਜਿਹੜਾ ਬੈਂਕ ਅਕਾਊਂਟ ਚਾਲੂ ਹੋਵੇ, ਉਹਨਾਂ ਦਾ ਕਾਰੋਬਾਰ ਦਾ ਕੰਮ ਹੋਵੇ, ਤਾਂ ਉਹਨਾਂ ਨੇ ਜੋ ਪੰਜਾਬ ਸਰਕਾਰ ਨੂੰ, DC ਅੰਮ੍ਰਿਤਸਰ ਨੂੰ ਇੱਕ ਐਪਲੀਕੇਸ਼ਨ ਲਿਖੀ ਸੀ ਜੇਲ੍ਹ ਦੇ ਵਿੱਚੋਂ ਵੀ ਮੈਨੂੰ ਰਜਿਸਟਰਡ ਪਾਵਰ ਆਫ ਅਟੋਰਨੀ ਆਪਦੀ ਵਾਈਫ ਦੇ ਨਾਂ 'ਤੇ ਜੋ ਇਸ਼ੂ ਕਰਨ ਦਾ ਹੱਕ ਮਿਲੇ, ਪਰ ਜੋ DC ਅੰਮ੍ਰਿਤਸਰ ਨੇ 5 ਅਗਸਤ ਨੂੰ ਉਹ ਡਿਸਮਿਸ ਕਰ ਦਿੱਤੀ ਗਈ, ਇੱਕ ਬੁਨਿਆਦੀ ਹੱਕ, ਇੱਕ ਫੰਡਾਮੈਂਟਲ ਰਾਈਟ ਨਹੀਂ ਦਿੱਤਾ। ਬੜੀਆਂ ਜੱਜਮੈਂਟਸ ਨੇ ਆਨਰੇਬਲ ਸੁਪਰੀਮ ਕੋਰਟ ਦੀਆਂ, ਬਾਕੀ ਹਾਈ ਕੋਰਟਸ ਦੀਆਂ, ਵੀ ਪਾਵਰ ਆਫ ਅਟੋਰਨੀ ਦੇਣੀ, ਇੱਥੋਂ ਤੱਕ ਕਿ ਦੂਸਰੀਆਂ ਹਾਈ ਕੋਰਟਸ ਨੇ ਤਾਂ ਤੁਸੀਂ ਦੇਖ ਲਓ ਜੇਲ੍ਹ ਦੇ ਵਿੱਚੋਂ ਬੰਦਿਆਂ ਨੂੰ ਰਜਿਸਟਰੀਆਂ ਸਾਈਨ ਕਰਨ ਦੀਆਂ, ਪ੍ਰੋਪਰਟੀਆਂ ਵੇਚਣ ਦੀਆਂ ਜੋ ਪਰਮਿਸ਼ਨਾਂ ਦਿੱਤੀਆਂ ਹੋਈਆਂ ਨੇ, ਤਾਂ ਅਸੀਂ ਮਾਣਯੋਗ ਹਾਈ ਕੋਰਟ ਦਾ ਰੁੱਖ ਕੀਤਾ ਸੀ, ਜਿਸ ਵਿੱਚ ਪੰਜਾਬ ਸਰਕਾਰ ਤੋਂ ਜਵਾਬ ਤਲਬੀ ਹੋਈ ਹੈ, ਨੋਟਿਸ ਆਫ ਮੋਸ਼ਨ ਹੋਇਆ ਹੈ, ਭਾਰਤ ਸਰਕਾਰ ਤੋਂ ਵੀ ਹੋਇਆ, ਜੋ ਉਹਨਾਂ ਦੇ ਵਕੀਲ ਸਾਹਿਬਾਨ ਨੇ, ਉਹਨਾਂ ਨੇ ਅਸੈਪਟ ਵੀ ਕਰ ਲਿਆ, ਅਤੇ ਅਗਲੀ ਤਰੀਕ 18 ਅਕਤੂਬਰ ਪਾਈ ਗਈ ਹੈ, ਜਦੋਂ ਇਸ ਕੇਸ 'ਤੇ ਜਦੋਂ ਬਹਿਸ ਹੋਵੇਗੀ, ਅਤੇ ਸਾਨੂੰ ਯਕੀਨ ਹੈ ਸਾਨੂੰ ਇਨਸਾਫ ਮਿਲੇਗਾ, ਅਤੇ ਉਹਨਾਂ ਦਾ ਜਿਹੜਾ ਘਰ ਦਾ ਖਰਚਾ, ਉਹਨਾਂ ਦਾ ਕਾਰੋਬਾਰ ਹੈ, ਫਿਰ ਤੋਂ ਚੱਲੇਗਾ, ਅਤੇ ਉਹਨਾਂ ਦੀ ਘੱਟੋ ਘੱਟ ਜਿਹੜੀ ਬੇਟੀਆਂ ਦੀ ਫੀਸ ਹੈ ਉਹਦਾ ਤਾਰੀ ਜਾਏਗੀ। ਸਤਿ ਸ਼੍ਰੀ ਅਕਾਲ ਦੋਸਤੋ, ਡਿਬਰੂਗੜ੍ਹ ਅਸਾਮ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਬਾਰੇ ਪੰਜਾਬ ਦੀ ਜਥੇਬੰਦੀ ਦੇ ਨਾਲ ਸੰਬੰਧਿਤ ਸਿੰਘਾਂ ਦੇ ਨਾਲ ਪੰਜਾਬ ਸਰਕਾਰ ਦਾ ਇੱਕ ਹੋਰ ਤਸੱਦਦ ਸਾਹਮਣੇ ਆਇਆ, ਜਿਸ ਬਾਰੇ ਜਾਣਕਾਰੀ ਦਿੱਤੀ ਹੈ ਬਾਰਸ ਪੰਜਾਬ ਦੇ ਜਥੇਬੰਦੀ ਦੇ ਲੀਗਲ ਐਡਵਾਈਜ਼ਰ ਇਮਾਨ ਸਿੰਘ ਖਾਰਾ ਨੇ, ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਡਿਬਰੂਗੜ੍ਹ ਅਸਾਮ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਗੁਰਮੀਤ ਸਿੰਘ ਬੁੱਕਣਵਾਲ, ਜਿਨ੍ਹਾਂ ਦਾ ਕਿ ਫਰਨੀਚਰ ਦਾ ਕਾਰੋਬਾਰ ਹੈ ਅਤੇ ਉਹਨਾਂ ਦੇ ਘਰ ਦੇ ਵਿੱਚ ਸਿਰਫ ਇਹੀ ਰੁਜ਼ਗਾਰ ਦਾ ਸਾਧਨ ਹੈ, ਜਿਸਦੇ ਕਰਕੇ ਕਿ ਇਸ ਸਮੇਂ ਉਹਨਾਂ ਦੇ ਪਰਿਵਾਰ ਦੀ ਮਾਲੀ ਹਾਲਤ ਕਾਫੀ ਜ਼ਿਆਦਾ ਕਮਜ਼ੋਰ ਹੋ ਚੁੱਕੀ ਹੈ। ਇਸ ਦਾ ਕਾਰਨ ਇਹ ਹੈ ਕਿ ਜੋ ਬੈਂਕ ਅਕਾਊਂਟਸ ਹਨ ਅਤੇ ਜੋ ਵੀ ਲੈਣ ਦੇਣ ਹੈ ਉਸ 'ਤੇ ਗੁਰਮੀਤ ਸਿੰਘ ਬੁੱਕਣਵਾਲਾ ਦੇ ਸਿਗਨੇਚਰ ਹੁੰਦੇ ਹਨ, ਅਤੇ ਉਹਨਾਂ ਵੱਲੋਂ ਜਦੋਂ ਇੱਕ ਐਪਲੀਕੇਸ਼ਨ, ਇੱਕ ਬੇਨਤੀ ਪੱਤਰ DC ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਦਿੱਤਾ ਗਿਆ, ਜੋ ਕਿ ਉਹਨਾਂ ਦਾ ਬੁਨਿਆਦੀ ਹੱਕ ਵੀ ਹੈ ਕਿ ਉਹਨਾਂ ਵੱਲੋਂ ਇੱਕ ਪਾਵਰ ਅਟਾਰਨੀ ਉਹਨਾਂ ਦੀ ਪਤਨੀ ਦੇ ਨਾਮ 'ਤੇ ਕਰਵਾਈ ਜਾਣ ਦੀ ਕਾਰਵਾਈ ਪੂਰੀ ਕਰਨ ਦੀ ਆਗਿਆ ਦਿੱਤੀ ਜਾਵੇ, ਤਾਂ ਇਸ ਨੂੰ DC ਅੰਮ੍ਰਿਤਸਰ ਸਾਹਿਬ ਵੱਲੋਂ ਕੈਂਸਲ ਕਰ ਦਿੱਤਾ ਗਿਆ, ਅਤੇ ਜੋ ਕਿ ਆਪਣੇ ਆਪ ਦੇ ਵਿੱਚ ਜਮਹੂਰੀਅਤ ਦਾ ਕਾਣ ਹੈ, ਜਿਸ ਦੇ ਬਾਰੇ ਕਿ ਜੋ ਵਕੀਲ ਸਾਹਿਬ ਇਮਾਨ ਸਿੰਘ ਖਾਰਾ ਨੇ ਉਹਨਾਂ ਨੇ ਖੁਲਾਸਾ ਕੀਤਾ ਹੈ। ਤੁਹਾਡੇ ਇਸ ਬਾਰੇ ਕੀ ਕਹਿਣਾ ਹੈ ਜ਼ਰੂਰ ਕਮੈਂਟ ਕਰਨਾ, ਕਿਉਂਕਿ ਲਗਾਤਾਰ ਪੰਜਾਬ ਸਰਕਾਰ ਇਸ ਤਰ੍ਹਾਂ ਧੱਕੇਸ਼ਾਹੀ ਅਤੇ ਤਸ਼ੱਦਦ
ਜੋ ਡਿਬਰੂਗੜ੍ਹ ਸਾਹਿਬ ਦੀ ਜੇਲ੍ਹ ਦੇ ਵਿੱਚ ਅਤੇ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਜੋ ਸਿੰਘ ਹਨ ਉਹਨਾਂ ਦੇ ਨਾਲ ਕਰ ਰਹੀ ਹੈ। ਵੱਖ ਵੱਖ ਸਮੇਂ ਸਮੇਂ 'ਤੇ ਦੋਸ਼ ਲੱਗਦੇ ਆ ਰਹੇ ਨੇ। ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ, ਜ਼ਰੂਰ ਕਮੈਂਟ ਕਰਨਾ। ਅਤੇ ਤੁਹਾਨੂੰ ਇਸ ਮਾਮਲੇ ਦੇ ਵਿੱਚ ਕੌਣ ਸਹੀ ਲੱਗਦਾ, ਵਾਰਿਸ ਪੰਜਾਬ ਦੀ ਜਥੇਬੰਦੀ ਇਹ ਜਾਂ ਫਿਰ ਬੀ ਪੰਜਾਬ ਸਰਕਾਰ? ਜ਼ਰੂਰ ਕਮੈਂਟ ਕਰਨਾ ਅਤੇ ਵੀਡੀਓ ਨੂੰ ਲਾਈਕ ਕਰਕੇ ਅੱਗੇ ਜ਼ਿਆਦਾ ਜ਼ਿਆਦਾ ਸ਼ੇਅਰ ਕਰਨਾ ਨਾ ਭੁੱਲਣਾ। ਆ ਜਵਾਨ ਪਿਛੇੜਾ ਲੁਕਣ ਡਿਆ, ਖੜਾ ਹੋ ਤੂੰ, ਕਲੋ ਮਾੜਾ ਜਾ। ਨਹੀਂ ਨਹੀਂ ਤੂੰ 7-8 ਮੇਰੇ ਨਾਲ ਫੋਟੋਆਂ ਖਿਚਾ ਲਈਆਂ, ਹੈਂ? ਜਿੱਥੇ ਮੈਂ ਪਹੁੰਚਿਆ ਤੂੰ ਪਹੁੰਚ ਗਿਆ, ਅਤੇ ਮੈਂ ਤੇਰੇ ਨਾਲ ਗੁਰੂ ਨੂੰ ਵੱਡਾ ਹੋ ਗਿਆ। ਤਿਆਰੀ ਕਰ ਲਾ, ਕੋਈ ਪਤਾ ਨਹੀਂ ਹੁੰਦਾ ਇੱਥੇ ਸਾਹ ਦਾ ਵੀ, ਇੱਥੇ ਬਾਹਰ ਨਿਕਲਦੇ ਨਾ ਆਵੇ। ਭਾਈ ਗੁਰਮੀਤ ਸਿੰਘ ਬੁੱਕਣਵਾਲਾ ਜੋ ਬਾਈ ਦੀਪ ਸਿੱਧੂ ਦੇ ਬੜੇ ਕਰੀਬੀ ਸਾਥੀ ਨੇ ਅਤੇ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਵੀ ਸਾਥੀ ਨੇ ਉਹ, ਅਤੇ ਇਸ ਸਮੇਂ NSA ਅਧੀਨ ਸੈਂਟਰਲ ਜੇਲ੍ਹ ਦਿਬੜੂਗੜ੍ਹ 'ਚ ਨਜ਼ਰਬੰਦ ਨੇ। ਉਹਨਾਂ ਦਾ ਜੋ ਕਾਫੀ ਜੋ ਕਾਰੋਬਾਰ ਦਾ ਕੰਮ ਸੀ, ਉਹਨਾਂ ਦਾ ਇੱਕ ਸ਼ੋਰੂਮ ਆ ਉੱਥੇ ਜ਼ਿਲ੍ਹਾ ਮੋਗਾ, ਜਿਹੜਾ ਬੁੱਕਣਵਾਲਾ ਪਿੰਡ ਆ ਉੱਥੇ ਦੁਨੇ ਕੇ ਰੋਡ 'ਤੇ, ਤਾਂ ਉਹ ਫਰਨੀਚਰ ਦਾ ਸ਼ੋਰੂਮ ਹੈ, ਕਾਰੋਬਾਰੀ ਨੇ ਉਹ। ਤਾਂ ਉਸ ਤੋਂ ਬਾਅਦ ਕਾਫੀ ਸਮਿਆਂ ਤੋਂ ਜਿਹੜੇ ਉਹਨਾਂ ਦੇ ਬੈਂਕ ਅਕਾਊਂਟ ਸੀ, ਜਿਹੜਾ ਉਹਨਾਂ ਦੇ ਹੋਰ ਕੋਈ ਕਾਰੋਬਾਰ ਦੇ ਰਿਗਾਰਡਿੰਗ ਕੰਮ ਨੇ, ਉਹ ਠੱਪ ਹੋਏ ਪਏ ਸੀ। ਕਿਉਂਕਿ ਦੇਖੋ, ਜਾਇਜ਼ ਜੀ ਗੱਲ ਹੈ, ਉਹ ਜੇਲ੍ਹ 'ਚ ਨੇ, ਤੂੰ ਆਪਦੇ ਬੈਂਕ ਅਕਾਊਂਟ ਆਪਦਾ ਕਾਰੋਬਾਰ ਦੀ ਦੇਖ ਰੇਖ ਕਰ ਨਹੀਂ ਸਕਦੇ। ਤਾਂ ਉਹਨਾਂ ਦੀ ਬੜੀ ਇੱਕ ਜ਼ਿਆਦਾ ਜਾਇਜ਼ ਇੱਕ ਗੱਲ ਸੀ ਵੀ ਮੈਨੂੰ ਇੱਕ ਪਾਵਰ ਆਫ ਅਟੋਰਨੀ ਦਿੱਤੀ ਜਾਵੇ, ਜੋ ਉਹਨਾਂ ਦੇ ਵਾਈਫ ਨੇ, ਉਹਨਾਂ ਦੇ ਘਰੋਂ ਨੇ, ਉਹਨਾਂ ਨੂੰ ਦਿੱਤੀ ਜਾ ਕੇ, ਤਾਂ ਕਿ ਉਹ ਉਹਨਾਂ ਦਾ ਕਾਰੋਬਾਰ ਸੰਭਾਲ ਸਕਣ, ਉਹਨਾਂ ਦੇ ਬੈਂਕ ਅਕਾਊਂਟ ਚਲਾ ਸਕਣ। ਕਿਉਂਕਿ ਇਸ ਸਮੇਂ ਉਹਨਾਂ ਦੇ ਪਰਿਵਾਰ 'ਤੇ ਨਿਹਾਇਤੀ ਜ਼ਿਆਦਾ ਤੰਗੀ ਹੈ, ਇੱਥੋਂ ਤੱਕ ਕਿ ਆਪਦੀਆਂ ਜਿਹੜੀਆਂ ਬੇਟੀਆਂ ਦੀ ਫੀਸ ਹੈ, ਉਹ ਹੈ ਨਾ ਜੀ, ਜੋ ਉਹ ਸਕੂਲ 'ਚ ਪੜ੍ਹਦੀਆਂ ਨੇ, ਉਹਨਾਂ ਦੀ ਫੀਸ ਵੀ ਉਹ ਲੋਨ ਲੈ ਕੇ ਜੋ ਉਤਾਰ ਰਹੇ ਨੇ। ਤਾਂ ਇੰਨੀ ਜ਼ਿਆਦਾ ਉਹਨਾਂ ਦੇ ਪਰਿਵਾਰ 'ਤੇ ਤੰਗੀ ਹੈ, ਤਾਂ ਇਸ ਲਈ ਉਹਨਾਂ ਦਾ ਜਿਹੜਾ ਬੈਂਕ ਅਕਾਊਂਟ ਚਾਲੂ ਹੋਵੇ, ਉਹਨਾਂ ਦਾ ਕਾਰੋਬਾਰ ਦਾ ਕੰਮ ਹੋਵੇ। ਤਾਂ ਉਹਨਾਂ ਨੇ ਜੋ ਪੰਜਾਬ ਸਰਕਾਰ ਨੂੰ, DC ਅੰਮ੍ਰਿਤਸਰ ਨੂੰ ਇੱਕ ਐਪਲੀਕੇਸ਼ਨ ਲਿਖੀ ਸੀ ਜੇਲ੍ਹ ਦੇ ਵਿੱਚੋਂ ਵੀ ਮੈਨੂੰ ਰਜਿਸਟਰਡ ਪਾਵਰ ਆਫ ਅਟੋਰਨੀ ਆਪਦੀ ਵਾਈਫ ਦੇ ਨਾਂ 'ਤੇ ਜੋ ਇਸ਼ੂ ਕਰਨ ਦਾ ਹੱਕ ਮਿਲੇ, ਪਰ ਜੋ DC ਅੰਮ੍ਰਿਤਸਰ ਨੇ 5 ਅਗਸਤ ਨੂੰ ਉਹ ਡਿਸਮਿਸ ਕਰ ਦਿੱਤੀ ਗਈ, ਇੱਕ ਬੁਨਿਆਦੀ ਹੱਕ, ਇੱਕ ਫੰਡਾਮੈਂਟਲ ਰਾਈਟ ਨਹੀਂ ਦਿੱਤਾ। ਬੜੀਆਂ ਜੱਜਮੈਂਟਸ ਨੇ ਆਨਰੇਬਲ ਸੁਪਰੀਮ ਕੋਰਟ ਦੀਆਂ, ਬਾਕੀ ਹਾਈ ਕੋਰਟਸ ਦੀਆਂ, ਵੀ ਪਾਵਰ ਆਫ ਅਟੋਰਨੀ ਦੇਣੀ, ਇੱਥੋਂ ਤੱਕ ਕਿ ਦੂਸਰੀਆਂ ਹਾਈ ਕੋਰਟਸ ਨੇ ਤਾਂ ਤੁਸੀਂ ਦੇਖ ਲਓ ਜੇਲ੍ਹ ਦੇ ਵਿੱਚੋਂ ਬੰਦਿਆਂ ਨੂੰ ਰਜਿਸਟਰੀਆਂ ਸਾਈਨ ਕਰਨ ਦੀਆਂ, ਪ੍ਰੋਪਰਟੀਆਂ ਵੇਚਣ ਦੀਆਂ ਜੋ ਪਰਮਿਸ਼ਨਾਂ ਦਿੱਤੀਆਂ ਹੋਈਆਂ ਨੇ, ਤਾਂ ਅਸੀਂ ਮਾਣਯੋਗ ਹਾਈ ਕੋਰਟ ਦਾ ਰੁੱਖ ਕੀਤਾ ਸੀ, ਜਿਸ ਵਿੱਚ ਪੰਜਾਬ ਸਰਕਾਰ ਤੋਂ ਜਵਾਬ ਤਲਬੀ ਹੋਈ ਹੈ, ਨੋਟਿਸ ਆਫ ਮੋਸ਼ਨ ਹੋਇਆ, ਭਾਰਤ ਸਰਕਾਰ ਤੋਂ ਵੀ ਹੋਇਆ, ਜੋ ਉਹਨਾਂ ਦੇ ਵਕੀਲ ਸਾਹਿਬਾਨ ਨੇ ਉਹਨਾਂ ਨੇ ਅਸੈਪਟ ਵੀ ਕਰ ਲਿਆ, ਅਤੇ ਅਗਲੀ ਤਰੀਕ 18 ਅਕਤੂਬਰ ਪਾਈ ਗਈ ਹੈ, ਜਦੋਂ ਇਸ ਕੇਸ 'ਤੇ ਜਦੋਂ ਬਹਿਸ ਹੋਵੇਗੀ, ਅਤੇ ਸਾਨੂੰ ਯਕੀਨ ਹੈ ਸਾਨੂੰ ਇਨਸਾਫ਼ ਮਿਲੇਗਾ, ਅਤੇ ਉਹਨਾਂ ਦਾ ਜਿਹੜਾ ਘਰ ਦਾ ਖਰਚਾ, ਉਹਨਾਂ ਦਾ ਕਾਰੋਬਾਰ ਹੈ, ਫਿਰ ਤੋਂ ਚੱਲੇਗਾ, ਅਤੇ ਉਹਨਾਂ ਦੀ ਘੱਟੋ ਘੱਟ ਜਿਹੜੀ ਬੇਟੀਆਂ ਦੀ ਫੀਸ ਹੈ ਉਹਦਾ ਤਾਰੀ ਜਾਏਗੀ।